30 ਸਾਲ ਤੋਂ ਉੱਪਰ ਵਾਲਿਆਂ ਲਈ ਜ਼ਰੂਰੀ ਗੱਲਾਂ ਨੰਬਰ 1 ਪਿਆਸ ਨਾ ਲੱਗੀ ਜਾਂ ਜ਼ਰੂਰਤ ਨਾ ਹੋਵੇ ਤਾਂ ਵੀ ਪਾਣੀ ਪੀਓ ਸਭ ਤੋਂ ਵੱਡੀ ਸਮੱਸਿਆ ਬਿਮਾਰ ਰਹਿਣ ਦੀ ਪਾਣੀ ਦੀ ਕਮੀ ਹੁੰਣੀ ਇਸ ਲਈ ਜਿੰਨਾ ਹੋ ਸਕੇ ਵੱਧ ਤੋਂ ਵੱਧ ਪਾਣੀ ਪੀਓ ਨੰਬਰ 2 ਹਮੇਸ਼ਾ ਐਕਸਰਸਾਈਜ਼ ਕਰਦੇ ਰਹਿਣਾ ਚਾਹੀਦਾ ਹੈ ਤਾਂ ਕਿ ਬਾਡੀ ਦੀ ਮੂਵਮੈਂਟ ਹੁੰਦੀ ਰਹੇ ਸਵੇਰ ਜਾਂ ਸ਼ਾਮ ਦੀ ਸ਼ੈਰ ਕਰੋ ਤਾਂ ਕਿ ਅਸੀਂ ਫਿੱਟ ਰਹਿ ਸਕੀਏ ਨੰਬਰ 3 ਖਾਣਾ ਘੱਟ ਖਾਓ ਜਿੰਨੀ ਭੁੱਖ ਹੋਵੇ ਉਸ ਤੋਂ ਘੱਟ ਖਾਣਾ ਖਾਓ ਸਿਰਫ ਖਾਣੇ ਦੀ ਮਾਤਰਾ ਘੱਟ ਕਰੋ ਪਰ ਖਾਣਾ ਕਾਰਬੋਹਾਈਡਰੇਟ ਪ੍ਰੋਟੀਨ ਨਾਲ ਭਰਪੂਰ ਹੋਣਾ ਚਾਹੀਦਾ ਹੈ ਨੰਬਰ 4 ਜਿੰਨਾ ਹੋ ਸਕੇ ਵਾਹਨ ਦਾ ਪ੍ਰਯੋਗ ਘੱਟ ਕਰੋ ਤੇ ਆਪਣਾ ਕੰਮ ਜਾਂ ਕਿਸੇ ਨੂੰ ਮਿਲਣ ਜਾਣਾ ਤਾਂ ਪੈਦਲ ਜਾਣ ਦੀ ਕੋਸ਼ਿਸ਼ ਕਰੋ ਇਸ ਤਰ੍ਹਾਂ ਸਾਡਾ ਸਰੀਰ ਫਿੱਟ ਰਹੇਗਾ ਤੇ ਨਾਲ ਹੀ ਸਾਡਾ ਕੰਮ ਵੀ ਪੂਰਾ ਹੋ ਜਾਵੇਗਾ ਨੰਬਰ 5 ਪ੍ਰਵੋਧ ਛੱਡ ਦੇਣਾ ਚਾਹੀਦਾ ਹੈ ਚਿੰਤਾ ਬਿਲਕੁਲ ਨਹੀਂ ਕਰਨੀ ਚਾਹੀਦੀ ਕਿਉਂਕਿ ਚਿੰਤਾ ਚਿਖਾ ਬਰਾਬਰ ਹੁੰਦੀ ਹੈ ਚੰਗੇ ਲੋਕਾਂ ਨਾਲ ਬੈਠਣਾ ਸ਼ੁਰੂ ਕਰੋ ਨੰਬਰ 6 ਸਭ ਤੋਂ ਪਹਿਲਾਂ ਪੈਸੇ ਦਾ ਮੋਹ ਛੱਡੋ ਤੇ ਆਪਣੇ ਆਸ-ਪਾਸ ਦੇ ਲੋਕਾਂ ਨਾਲ ਮਿਲੋ ਜੁਲੋ ਪੈਸਾ ਜਿਉਣ ਦੇ ਲਈ ਬਣਾਇਆ ਗਿਆ ਹੈ ਜ਼ਿੰਦਗੀ ਪੈਸੇ ਲਈ ਨਹੀਂ ਨੰਬਰ 7 ਆਪਣੇ ਲਈ ਕਿਸੇ ਵੀ ਚੀਜ਼ ਦਾ ਅਫਸੋਸ ਨਾ ਕਰੋ ਜਿਹੜੀ ਤੁਸੀਂ ਹਾਸਲ ਨਹੀਂ ਕਰ ਸਕੇ ਨੰਬਰ 8 ਕਦੇ ਵੀ ਆਕੜ ਨਾ ਕਰੋ ਆਪਸ ਵਿੱਚ ਪਿਆਰ ਕਰੋ ਕਮੰਡ ਨਾ ਕਰੋ ਕਮੰਡ ਰਿਸ਼ਤੇ ਨਾਤੇ ਸਭ ਤੋੜ ਦਿੰਦਾ ਹੈ ਕਮੰਡ ਨਾਲ ਅਸੀਂ ਕੁਝ ਵੀ ਹਾਸਲ ਨਹੀਂ ਕਰ ਸਕਦੇ ਕਮੰਡ ਬਹੁਤ ਹੀ ਦਿਨਾਂ ਤੱਕ ਨਹੀਂ ਚੱਲਦਾ ਨੰਬਰ 9 ਜੇਕਰ ਤੁਹਾਡੇ ਵਾਲ ਚਿੱਟੇ ਹੋ ਗਏ ਹਨ ਤਾਂ ਤੁਹਾਡੇ ਜੀਵਨ ਦਾ ਅੰਤ ਨਹੀਂ ਹੈ ਇਹ ਇੱਕ ਵਧੀਆ ਜੀਵਨ ਦੀ ਸ਼ੁਰੂਆਤ ਹੋ ਗਈ ਹੈ ਆਸ਼ਾਵਾਦੀ ਬਣੋ ਘੁੰਮੋ ਯਾਤਰਾ ਕਰੋ ਤੇ ਯਾਰਾਂ ਇਕੱਠੀਆਂ ਕਰੋ ਨੰਬਰ 10 ਕੀਰਤੀ ਹਮੇਸ਼ਾ ਮੁਸਕਰਾਟ ਬਣਾ ਕੇ ਰੱਖੋ ਸਭ ਨਾਲ ਹੱਸ ਕੇ ਗੱਲ ਕਰੋ ਚਾਹੇ ਕੋਈ ਵੱਡਾ ਚਾਹੇ ਕੋਈ ਛੋਟਾ ਜੇਕਰ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਵੀਡੀਓ ਨੂੰ ਜਾਂਦਾ ਤੋਂ ਜਾਂਦਾ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ